यार सिर्फ एक एक कोच, प्लीज मेहरबानी एक एक कोच हो रही यार। जी जी पहले कबड्डी 12 में देना पे आपका पर शेजा पर मदद दे बीच शार कुरैशी फौज कुरैशी का चौथा वीरा पेड़ बताना था तो होते उस्ताद सामने से मच गया स्टेज पे पहुंचे उस्ताद सामने अगली कबड्डी पाने वास्ते इंटरनेशनल कबड्डी प्लेयर जी सफर चैनी का छोटा वीरा हाफिज मजर राणा बाबा जी राणा बाबा 285 राणा का 16 पुत्र आ जाता है नाच का ठाकरा लंबी बाज लाके गल विच सुखा दी तवीतड़ी नंबर दा पीता ही बाबा अगली कबड्डी ते आ गया शादी कजा 316 सोना पुत्र अगली कबड्डी पाने वास्ते मानी जट है पुत जट का पीड़ा पिया जटाई पैदा भी तो छाल मार के उठांगा चलिया शहर चरावण अज जटा का पुत्र अज परवरान दे विच बोलदा होया धावा रुखो की गल बनती है लोग बड़े पे मैदान इकट्ठे हुए आ ते दे मुकाबला हुंदा पे चलदा भोले जट दे नाल ओ जट दे नाल जट के भोले जट मानी जट ओ सदके अगली कबड्डी में इधर वेला पिया उनका नचदा दबदा नंबर का कर गई वादा जी मैं वेला पिया हाफिज मजा अगली कबड्डी पाने वास्ते शाह 316 तलवंडी दे विच बब्बर शेरा ने जन्म लाए ने अज परमदान च बोलदा है जावा देखो की गल बनदी है सामने होया राणा वसीम सामने आया सत सत कीमाल दी धरती बब्बर शेर दा नंबर स्टॉपर है लेकिन इत्थे गल निकल पई आमर शिकरा कबड्डी पाने वास्ते पिंड मैदान दे विच चार साथियों दे उत्ते लो जी बब्बर शेर खड़े ने असां चिट्टू वर्गे राणे बाबा वर्गे चांदी कुचर वर्गे सोना जट चार के अमर शिकरा नचदा टपदा अंकरे रत्ता ते बाबा अगली कबड्डी जट्टा दा सोना पुत्र बलाल भाली जट लै बल पा कबड्डी अगे खड़े ने चार भरा तेरा चीज दिल करदा ई ओनो हाथ ला एक नहीं दो असला चार था तेरा चिन्ह दिल कर रहा है हथला ऐसा मशदार के पाकिस्तान कबड्डी फेडरेशन दे छठे नंबर दे रेफरी अल्हम्दुलिल्लाह फिर मैदान दे बहुत ही
ਅੱਛੇ ਰੈਫਰ ਸਾਡੇ ਅੱਲਾ ਦੇ ਨਾਲ ਦਿੱਤੇ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਅੱਛੇ ਤਗੜੀ ਰੈਫਰ ਕਰਦੇ ਨੇ ਜੀ ਹੋ ਇਸ਼ਾਕ ਹੀਰੀਆ ਬਹੁਤ ਮੁਸ਼ਕਲ ਦੇ ਨਾਲ ਵੇਟ ਕੀਤਾ ਮੁੰਡੇ ਨੇ ਪੂਰਾ ਲਨ ਫੀਸ ਗੁਜ਼ਰਨਾ ਗਿੱਟਾ ਖੁੱਚਿਆ ਹੋਇਆ ਸੀ ਮੁੰਡੇ ਨੇ ਤੇ ਨੰਬਰ ਹੋਇਆ ਬਿਲਕੁਲ ਜਨਾਬ ਕਬੱਡੀ ਦਾ ਜੀ ਲੋ ਜੀ ਕਬੱਡੀ ਕੋਈ ਫਿਰ ਬੜੀ ਛਾਣੀ ਕਿਤੇ ਦੇ ਉਸ ਸਵਾਦ ਵੜੀ ਦੀ ਧਾਰਤੀ ਹੈ ਮੁੰਡੇ ਜੀ ਲੈ ਵੇ ਇੱਕ ਵਾਰੀ ਜਿਹੜਾ ਹੁੰਦਾ ਹੈ ਇੱਕ ਵਾਰ ਸਵਾਦ ਆ ਰਿਹਾ ਤਾੜੀ ਮਾਰ ਕੇ ਦੱਸੋ ਬਹੁਤ ਤਾੜੀ ਕਿਉਂ ਨਹੀਂ ਮਾਰਦੇ ਤਾੜੀ ਮਾਰੋ ਯਾਰ ਇਹ ਬੰਦੇ ਨਹੀਂ ਸਹੀ ਹੈਗੇ ਇੱਧਰ ਦੇ ਓਏ ਇੱਧਰ ਦੇ ਮੈਚ ਰੋਜ਼ ਰੋਜ਼ ਨਹੀਂ ਹੋਣੇ ਭਰਾਵਾ ਲੋ ਜੀ ਇੱਧਰ ਦਾ ਵਾਦਾ ਵਾਦਾ ਕੀਤਾ ਮੁੰਡੇ ਜੀ ਇਹ ਮੈਚ ਜਿਹੜਾ ਫਾਈਨਲ ਤੋਂ ਪਹਿਲੇ ਫਾਈਨਲ ਮੈਚ ਹੈ ਕਬੱਡੀ ਇੱਕ ਵਾਰੀ ਫਿਰ ਬਹਿ ਗਈ ਹਾਫ ਪਾਸ ਨਜ਼ਰ ਜ਼ਫਰ ਖਾਨ ਜ਼ਫਰ ਚੜੀਦਾ ਛੋਟਾ ਵੀਰਾ ਅੱਗੇ ਚਾਰ ਸਟਾਪਰ ਹੀਰੇ ਲੈ ਕੇ ਹੋਏ ਛਾਡੀ ਗੁੱਜਰ ਵਰਗੇ ਤੇ ਚਿੱਟੂ ਬੱਟ ਵਰਗੇ ਰਾਣੇ ਬਾਬਰ ਵਰਗੇ ਟੱਕਰ ਹੋਈ ਹੈ ਛਾਡੀ ਗੁੱਜਰ ਦੇ ਨਾਲ ਕਹਿੰਦਾ ਤੇਰੇ ਹੱਥ ਵਿੱਚ ਬਾਹ ਕਿਵੇਂ ਲਵਾਂ ਕਿ ਲੱਜ ਮਾਰੇ ਬਾਬਿਆਂ ਦੀ ਕਿ ਲੱਜ ਮਾਰੇ ਬਾਬਿਆਂ ਦੀ ਕਬੱਡੀ ਇੱਕ ਵਾਰੀ ਫਿਰ ਬਹਿ ਗਈ 303 ਦਰਾਡੀ ਜੀ ਭਾਰਤੀ ਹੈ ਅੱਗੇ ਚਾਰ ਸਟਾਪਰ ਹੀਰੇ ਲੈ ਕੇ ਹੋਏ ਸਾਕਿਬ ਡੋਕਰ ਛੋਟਾ ਸ਼ਕੀਲਾ ਮੋਹਲਾ ਜੱਟ ਤੇ ਅਲੀ ਵਰਗੇ ਸਟਾਰ ਲੈ ਕੇ ਹੋਏ ਟੱਕਰ ਹੋਈ ਹੈ ਦੋ ਨੰਬਰ ਤੋਂ ਦੋ ਨੰਬਰ ਦਾ ਜੱਫਾ ਵੀ ਭੜਾ ਤੇ ਜੱਫਾ ਵੀ ਭੜਾ ਤੇ ਜੱਫਾ ਵੀ ਭੜਾ ਦੇਖਦੇ ਕੀ ਗੱਲ ਬਣਦੀ ਹੈ ਅੱਗੇ ਰੇਟਰ ਵੀ ਕਿਸ ਨੂੰ ਆਦੇਗਾ ਕਿਆ ਬਾਤ ਹੈ ਜੀ ਤਗੜੇ ਪੁਆਇੰਟ ਦਾ ਵਾਧਾ ਕੀਤਾ ਮੁੰਡੇ ਨੇ 307 ਦੀ ਧਰਤੀ ਉੱਪਰ ਰੋਚਕ ਮੈਚ ਚੱਲਦਾ ਪਿਆ ਇੱਕ ਚੱਕ ਵਰਸੇ 300 ਦਾ ਗੋਲ ਗੋਲ ਜੱਟਾਂ ਪੰਜਾਬ ਪਾਕਿਸਤਾਨ ਦੇ ਤਗੜੇ ਸ਼ਰਤਾਂ ਨੇ ਆਖਰ ਸ਼ਿਖਰ ਦੀ ਕਬੱਡੀ ਪੈ ਗਈ ਆ ਦੌਲਤ ਗਈ ਤੇ ਕੁਝ ਨਹੀਂ ਹੁੰਦਾ ਤਨ ਸੁਝਾ ਲੋਗੇ ਸੇਧ ਗਈ ਤੇ ਕਿੱਥੋਂ ਨੋਟ ਕਮਾ ਲੋਗੇ ਡੱਡ ਬੈਠਾ ਮਾਰ ਤੇਰੀ ਕੀ ਮਜਬੂਰੀ ਆ ਸਾਰੇ ਕੰਮ ਅੱਜ ਪਹਿਲੇ ਸੇਧ ਜ਼ਰੂਰੀ ਆ ਦੇਖਦੇ ਆ ਪੁਆਇੰਟ ਕਿਹੜਾ ਹੋ ਇਹ ਰਾਣੇ ਬਾਬਰ ਆਏ ਹੋਏ ਆਖਰ ਸ਼ਿਖਰ ਕਿਸੇ ਦਾ ਲਿਆ ਤਾੜੀ ਮਾਰ ਦੇ ਖੁਦਾ ਦੀ ਕਸਮ ਤੇਰੇ ਮੈਚ ਕਰ ਕਬੱਡੀ ਇੱਕ ਵਾਰ ਫਿਰ ਬਹਿ ਗਈ ਛਾਂਦੀ ਗੁੱਜਰ ਦੇ ਸਿਰ ਸਵਾਹ ਕਬੱਡੀ ਦੀ ਧਰਤੀ ਹੈ ਅਸਤਾਰ ਸਾਹਿਬ ਆਇਆ ਦਾ ਪਾਲੇ ਹਨ ਅੱਪਰ ਸ਼ੇਰ ਅੱਗੇ ਚਾਰ ਸਟਾਪਰ ਹੀਰੇ ਲੱਗੇ ਹੋਏ ਭੋਲੇ ਜੱਟ ਵਰਗੇ ਅਲੀ ਵਰਗੇ ਛੋਟੇ ਸ਼ਕੀਲੇ ਵਰਗੇ ਸਟਾਰ ਲੱਗੇ ਹੋਏ ਦੇਖਦੇ ਆ ਕਿਹਦੇ ਨਾਲ ਹੁੰਦੀ ਹੈ ਟੱਕਰ ਡੀਐਸ ਕਿਹਦਾ ਬੇਲਾ ਸਾਬਤ ਹੋ ਗਿਆ ਖੁੱਲਾ ਜਿਆ ਦੀ ਟੱਚ ਮਾਰਿਆ ਚੌਧਰੀ ਆਸਰ ਸਾਹਿਬ ਯੂਪੀਐਲ ਬੈਂਕ ਬਾਜ ਮਾਰਿਆ ਕਿ ਚੱਕਰ ਦਾ ਹਸਰ ਵੀ ਤਕੜੇ ਪੁਆਇੰਟ ਦਾ ਵਾਧਾ ਕੀਤਾ ਮੁੰਡੇ ਕਬੱਡੀ ਇੱਕ ਵਾਰੀ ਫਿਰ ਬਹਿ ਜਾ ਰਹੀ ਹੈ ਅਸ਼ਫਾਕ ਹੀ ਅਧਿਕ ਕਬੱਡੀ ਪਾਉ ਗਈ ਬਾਜੀ ਮਨ ਲਾਲਾ ਦੋਨੋਂ ਸਾਡਾ ਦੇ ਜੱਫਾ ਇੱਥੇ ਕੋਈ ਨਹੀਂ ਹੋਇਆ ਅਸ਼ਫਾਕ ਹੀ ਅਧਿਕ ਕਬੱਡੀ ਲੱਗ ਗਈ ਟੱਕਰ ਹੋਈ ਹੈ ਛਾਲੀ ਗੁੱਜਰਿਆ ਹਾਏ ਹਾਏ ਉਹ ਛਾਲੀ ਦੇਖਦੇ ਆ ਕੀ ਗੱਲ ਬਣਦੀ ਹੈ ਜਾਲੀ ਅਗਰ ਜੱਫਾ ਹੋਇਆ ਤੇ ਤਾੜੀ ਮਾਰ ਲਈ ਹੈ ਇਹ ਛਾਦੀ ਗੁੱਜਰ ਸਾਹਿਬ ਹੈ ਜੀ ਗੁੱਜਰ ਹੈ ਤੇ ਬਹੁਤ ਛੱਕੇ ਸੀ ਨਸੀਬੋ ਰਾਹ ਲੱਗੀ ਹੈ ਨਾਲ ਦੇਖਦੇ ਆ ਕੀ ਗੱਲ ਬਣਦੀ ਹੈ ਛਾਲੀ ਗੁੱਜਰ ਸਾਹਿਬ ਬੈਠੇ ਜੀ ਸਦਾ ਬਾਦ ਅਸਤਾਰ ਸਾਹਿਬ ਦਾ ਬਾਦ ਬਾਦ ਬਰਸ਼ ਹੈ चांदी हो गए अगर छोटा शकीला जफा मारूगा कबड्डी ਸਾਡੀ ਗੁੱਜਰ 306 ਰਨ ਦੀ ਧਰਤੀ ਹੈ ਇੱਕ ਇੱਕ ਨੇ ਹਸਨ ਤੇ ਇੱਕ ਛਾਣੀ ਗੁੱਜਰ 306 ਅੱਗੇ ਚਾਰ ਸਟਾਪਰ ਹੀ ਲੱਗੇ ਆ ਗੁਦਰੂ ਕੋਤਾ ਮਾਵਾ ਸ਼ੀਰੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਨੂੰ ਫੱਟ ਲੈਣੋ ਕਿਸੇ ਡੋਏ ਤੇ ਸ਼ੇਰ ਕਰਵਾ ਲਿਆ ਤੇ ਕਿਸੇ ਫੱਟ ਵਿੱਚ ਪਾ ਲਿਆ ਸੱਤ ਲੱਗੋ ਰੇਟ ਕਹਿੰਦੇ ਪਿੰਡ ਦੇ ਮੱਖੀ ਦੀ ਪੈਂਦੇ ਨਹੀਂ ਜਾਂ ਫਿਰ ਕਹਿੰਦੇ ਤੁਹਾਨੂੰ ਟੱਕਰ ਕੋਤਾ ਦਾ ਪੁਆਇੰਟ ਜੋੜਿਆ ਬਣਾਈ ਉਹ ਭਾਜੀ ਪੁਆਇੰਟ ਕਿਹੜੇ ਕਿਹੜੇ ਆ ਯਾਰ गुजर सोहना ही बहुत है 309 भिखी की धरती है मतलब
ਬਲੰਦਰਾ ਹਰਸ਼ਦ ਰਿਝਾੜਾ ਲੱਗਦਾ ਮੈਨੂੰ ਲੱਗਦਾ ਭਾਈ ਯਾਰ ਜਿਹੜੀਆਂ ਵੀ ਦੋਨੇ ਟੀਮਾਂ ਦੇ ਮੈਚ ਹੋ ਗਏ ਦੋਨੇ ਟੀਮਾਂ ਆਈਆਂ ਦੋਆ ਦੇ ਵਿੱਚ ਹਾਜੀ ਜ਼ੁਬੈਰ ਸਾਹਿਬ ਫੜਵੀਰ ਸਟੇਜ ਤੇ ਬੈਠਾ ਹੈ ਤੁਹਾਡੀ ਦੀ ਚਾਸ ਮਾਰਨ ਵਾਲਾ ਲੋ ਜੀ ਚਿੱਟੂ ਬੱਟ ਨਾਲ ਹੋਈਆ ਟੱਕਰ ਹੈ ਬੱਟਾ ਕੀ ਬਾਤ ਹੈ ਹਾਫਿਜ਼ ਮਜ਼ਰ ਜ਼ਫਰ ਖਾਨ ਜ਼ਫਰ ਛੋਟਾ ਵੀਰਾ ਪਹਿਲਾ ਹਾਸਾ ਹੋ ਗਿਆ फैसल शेख साहब अब्दुलमान साहब बैल्टन जी इस्लामाबाद अब्दुलमान बिनी साहब राजा रजवान यूके बैल्टन इस्लामाबाद जो भी जा साहब ये सारे जुड़े सारे टूर्नामेंट कराने के इंशाल्लाह तगड़े इवेंट जेड़े होते रहेंगे इस धरती ऊपर टीमा बनाने आओ यार 153 बलगरा वर्सेस रजाना अब्दुल खालिक बॉनी कबड्डी क्लब ये दोनों टीमें जल्दी ग्राउंड के बीच आठ कबड्डी पै गई छाती गुजर के दिल से सवा तलवंडी इब्न हसन के पिंड का गबरू है अगे चार स्टॉपर हीरे लगे हैं सात नंबर ओपनर वर्ग के स्टार लगे हैं दो नंबर तो हो गए टक्कर कुछ किकर की कोशिश की है और ज्यादा शानदार के सोना देख लिया पार्ट के बड़ा गुरु गुरुदा छाती गुजर को बॉक्सिंग का बना रहा है भाई भाई लड़ गया बता दो भाई भाई क्या बात है चंडी वाले
ਸਾਲ ਉਧਰ ਹੋਇਆ ਯਾਰ ਚੰਡੀ ਨਾਲ ਸਾਡੀ ਲੋਸ ਵੀ ਨਹੀਂ ਹੁੰਦਾ ਫਿਰ ਕੀ ਕਰੀਏ।
Thank you.